किस पर्पस दिया जी कॉन्फ्रेंस बुलाई है? सत श्री अकाल सारिआं नूं। जिहड़ा साडे ते तुहानूं सारिआं नूं पता ही है वी जिस पोजिशन दे विच्चों असीं निकल रहे हां, जिस दुख दे विच्चों असीं, तुहाडा सारिआं दा मैं धन्नवाद करदी हां वी तुसीं सानूं साडे दुख दे विच्च शरीक होए हो, सारे सानूं हिम्मत दे रहे हो सारे दुख चों निकलण वास्ते। मैं इन्ना सोचा भी नहीं सीगा भी सरदूल जी नूं तुसीं सारे सारे लोग उन्होंने फैनज़ ने तुसीं इन्नी मुहब्बत करदे हो, उन्होंने जाण तों बाद देखिया मैं तुहाडी मुहब्बत देखी उन्हां वास्ते, मैं इन्ना सोचा नहीं सी कदे। मैनूं इन्ना पता सी कि तुसीं मुहब्बत करदे हो, पर इन्ना नहीं सी पता कि तुसीं इन्नी ज़्यादा मुहब्बत करदे हो उन्हां वास्ते। ਤੁਹਾਨੂੰ ਆਪਣਾ ਹਰ ਇੱਕ ਨੂੰ ਇੱਦਾਂ ਲੱਗਿਆ ਕਿ ਸਾਡੇ ਘਰ ਦਾ ਜੀ ਸੀਗਾ ਉਹ, ਤੁਸੀਂ ਸਭ ਨੂੰ ਬਹੁਤ, ਤੁਹਾਨੂੰ ਸਾਰਿਆਂ ਨੂੰ ਬਹੁਤ ਦੁੱਖ ਲੱਗਿਆ, ਜਿੰਨਾ ਸਾਨੂੰ ਤਕਲੀਫ ਉਨੀ ਹੀ ਤੁਹਾਨੂੰ ਸਾਰਿਆਂ ਨੂੰ ਤਕਲੀਫ ਹੋਈ ਆ, ਅਤੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ, ਤੁਸੀਂ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਹੋ ਔਰ ਸਾਨੂੰ ਹਿੰਮਤ ਦੇ ਰਹੇ ਹੋ ਮੇਰੇ ਬੱਚਿਆਂ ਨੂੰ ਮੈਨੂੰ ਇਸ ਦੁੱਖ 'ਚੋਂ ਉੱਭਰਨ ਵਾਸਤੇ। ਬਾਕੀ ਕੁਛ ਗੱਲਾਂ ਸੁਣਨ ਵਾਸਤੇ ਇੱਦਾਂ ਆ ਰਹੀਆਂ ਨੇ, ਸਾਡੇ ਤੱਕ ਪਹੁੰਚ ਰਹੀਆਂ ਨੇ ਕੁਛ ਗੱਲਾਂ, ਕੁਛ ਲੋਕ, ਕੁਛ ਰਿਸ਼ਤੇਦਾਰ, ਕੁਛ ਦੋਸਤ ਮਿੱਤਰ ਉਹਨਾਂ ਦੇ ਸਰਦੂਲ ਜੀ ਦੇ, ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਨਾਮ 'ਤੇ ਲੋਕਾਂ ਦੇ ਕੋਲੋਂ ਪੈਸੇ ਦੀ ਮਦਦ ਮੰਗ ਰਹੇ ਨੇ ਕਿ ਅਸੀਂ ਪਰਿਵਾਰ ਵਾਸਤੇ ਕੁਛ ਕਰਨਾ ਹੈ ਜਾਂ ਪਰਿਵਾਰ ਨੂੰ ਦੇਣੇ ਨੇ, ਵੀ ਪਰਿਵਾਰ ਦੀ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ। ਪਰ ਮੈਂ ਤੁਹਾਡੇ ਸਾਰਿਆਂ ਅੱਗੇ ਇਹ ਬੇਨਤੀ ਕਰਦੀ ਹਾਂ ਕਿ ਸਰਦੂਲ ਜੀ ਦੇ ਨਾਮ 'ਤੇ ਜਿਹੜੇ ਵੀ ਲੋਕ ਪੈਸਾ ਇਕੱਠਾ ਕਰ ਰਹੇ ਨੇ, ਗੁੰਮਰਾਹ ਕਰ ਰਹੇ ਨੇ ਤੁਹਾਨੂੰ ਸਾਰਿਆਂ ਨੂੰ, ਉਹਨਾਂ ਨੂੰ ਕੁਛ ਵੀ ਇੱਦਾਂ ਦੀ ਦੇਣ ਦੀ ਲੋੜ ਨਹੀਂ, ਕਿਉਂਕਿ ਤੁਹਾਡੇ ਪਿਆਰ ਸਦਕਾ, ਤੁਹਾਡੇ ਆਸ਼ੀਰਵਾਦ, ਤੁਹਾਡੀਆਂ ਦੁਆਵਾਂ ਦੇ ਸਦਕਾ ਸਰਦੂਲ ਨੇ ਤੁਹਾਡਾ ਸਾਰਿਆਂ ਦਾ ਪਿਆਰ ਕਮਾਇਆ, ਜੋ ਸਾਡੀ ਝੋਲੀ 'ਚ ਤੁਹਾਡੀ ਮੁਹੱਬਤ ਪਾਈ ਆ, ਤੁਹਾਡੇ ਪਿਆਰ ਸਦਕੇ ਉਹਨੇ ਬਹੁਤ ਸ਼ੋਹਰਤ ਵੀ ਕਮਾਈ ਸੀਗੀ, ਕਮਾਈ ਆ, ਔਰ ਸਭ ਕੁਛ ਸਾਡੇ ਜੀਣ ਵਾਸਤੇ ਉਹ ਛੱਡ ਕੇ ਗਏ ਨੇ, ਸਾਨੂੰ ਫਾਈਨੈਂਸ਼ੀਅਲ ਦੀ ਕੋਈ ਇੱਦਾਂ ਦੀ ਕਮੀ ਨਹੀਂ, ਕੁਛ ਇੱਦਾਂ ਦਾ ਕੁਛ ਨਹੀਂ ਹੈ, ਸਭ ਕੁਛ ਠੀਕ ਹੈ, ਬਾਬਾ ਜੀ ਦੀ ਬਹੁਤ ਰਹਿਮਤ ਆ, ਤੁਹਾਡੀ ਮੁਹੱਬਤ ਆ, ਤੁਹਾਡਾ ਪਿਆਰ ਆਸ਼ੀਰਵਾਦ ਆ, ਸਾਨੂੰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਠੀਕ ਆ, ਅਸੀਂ ਸਾਡੇ ਵਾਸਤੇ ਬਹੁਤ ਕੁਛ ਛੱਡ ਕੇ ਗਏ ਨੇ, ਸਭ ਤੋਂ ਵੱਡੀ ਤਾਂ ਤੁਹਾਡੀ ਜਿਹੜੀ ਮੁਹੱਬਤ ਆਸ਼ੀਰਵਾਦ ਛੱਡ ਕੇ ਗਏ ਨੇ। ਅਤੇ ਮੈਂ ਇਹੀ ਕਹਾਂਗੀ ਕਿ ਇੱਦਾਂ ਦੇ ਜਿਹੜੇ ਤੁਹਾਨੂੰ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਤੁਸੀਂ ਉਹਨਾਂ ਦੀ ਗੁੰਮਰਾਹੀ 'ਚ ਨਾ ਆਇਓ। ਅਸੀਂ ਅਗਰ ਤੁਹਾਨੂੰ ਕੋਈ ਕੰਟੈਕਟ ਕਰਨ ਦੀ ਕੋਈ ਕੋਸ਼ਿਸ਼ ਕਰਦਾ ਸਾਡਾ ਨਾਮ ਲੈ ਕੇ, ਸਰਦੂਲ ਜੀ ਦਾ ਨਾਮ ਲੈ ਕੇ ਪੈਸੇ ਇਕੱਠੇ ਕਰਨ ਵਾਸਤੇ, ਜਿਵੇਂ ਸਾਰੰਗ ਦਾ ਜਾਂ ਮੇਰਾ ਜਾਂ ਅਲਾਪ ਦਾ, ਅਸੀਂ ਸਰਦੂਲ ਜੀ ਦਾ ਅਸੀਂ ਪਰਿਵਾਰ ਹਾਂ, ਮੈਂ, ਮੇਰਾ ਬੇਟਾ ਸਾਰੰਗ ਅਤੇ ਅਲਾਪ, ਅਸੀਂ ਉਹਨਾਂ ਦਾ ਪਰਿਵਾਰ ਹਾਂ। ਅਗਰ ਸਾਡੇ ਨਾਮ 'ਤੇ ਕੋਈ ਗੁੰਮਰਾਹ ਕਰਦਾ ਤੁਹਾਨੂੰ, ਕੋਈ ਰਿਸ਼ਤੇਦਾਰ ਜਾਂ ਕੋਈ ਦੋਸਤ ਮਿੱਤਰ, ਕਿ ਅਸੀਂ ਉਹਨਾਂ ਦੇ ਨਾਮ 'ਤੇ ਆਹ ਕਰ ਰਿਹਾ ਜਾਂ ਅਸੀਂ ਉਹਨਾਂ ਦੀ ਫਾਈਨੈਂਸ਼ੀਅਲ ਹਾਲਾਤ ਠੀਕ ਨਹੀਂ ਇੱਦਾਂ ਦੇਣੇ ਆ, ਤਾਂ ਤੁਸੀਂ ਪਲੀਜ਼ ਸਾਨੂੰ ਦੱਸੋ ਵੀ ਇੱਦਾਂ ਦਾ ਕੋਈ ਕੌਣ ਬੰਦਾ ਹੈਗਾ, ਫਿਰ ਅਸੀਂ ਉਹਨਾਂ ਦੇ, ਜੇ ਅਗਰ ਨਹੀਂ ਹਟਣਗੇ ਉਹ, ਤਾਂ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਫਿਰ, ਕਿਉਂਕਿ ਅਸੀਂ ਦੁੱਖ ਵਿੱਚ ਹਾਂ, ਤੁਹਾਨੂੰ, ਸਾਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ, ਸਾਨੂੰ ਦੁੱਖ 'ਚੋਂ ਕੱਢਣ ਵਾਸਤੇ ਤੁਹਾਡੇ ਆਸ਼ੀਰਵਾਦ ਦੀ ਜ਼ਰੂਰਤ ਆ, ਸਭ ਕੁਛ ਠੀਕ ਆ, ਸਾਨੂੰ ਇੱਦਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ, ਬਸ ਤੁਹਾਡੀ ਮੁਹੱਬਤ ਦੀ ਜ਼ਰੂਰਤ ਆ। ਮੇਰਾ ਵੱਡਾ ਬੇਟਾ ਸਾਰੰਗ ਅਤੇ ਅਲਾਪ ਸਰਦੂਲ ਜੀ ਦੇ ਦੋਨੋਂ ਬੱਚੇ, ਇਹਨਾਂ ਦੀ ਉਹ ਤਿਆਰੀ ਕਰਵਾ ਰਹੇ ਸੀ, ਇਹਨਾਂ ਨੂੰ ਤਿਆਰ ਕਰ ਰਹੇ ਸੀਗੇ ਤੁਹਾਡੇ ਰੂਬਰੂ ਕਰਨ ਵਾਸਤੇ, ਪਰ ਉਹ ਚੀਜ਼ ਨੂੰ ਨਹੀਂ ਦੇਖ ਪਾ ਰਹੇ, ਨਹੀਂ ਦੇਖ ਸਕੇ, ਉਹ ਸਾਨੂੰ ਇੱਦਾਂ ਛੱਡ ਕੇ ਚਲੇ ਗਏ ਨੇ। ਬਹੁਤ ਜਲਦੀ ਇਹ ਕੰਮ ਕਰਨਗੇ ਹੁਣ, ਅਤੇ ਤੁਹਾਡੇ ਸਾਹਮਣੇ ਇਹ ਜੋ ਵੀ ਸਰਦੂਲ ਜੀ ਆਪਣਾ ਵਿਰਸਾ ਗਾਇਕੀ ਦਾ ਜੋ ਵੀ ਛੱਡ ਕੇ ਗਏ ਨੇ, ਉਹਨੂੰ ਇਹ ਸ਼ੁਰੂ ਕਰਨਗੇ। ਉੱਦਾਂ ਦਾ ਤਾਂ ਮੁਕਾਮ ਨਹੀਂ ਪਾ ਸਕਦੇ, ਉਹਦਾ ਬਹੁਤ ਉੱਚਾ ਮੁਕਾਮ ਸੀ ਉਹਨਾਂ ਦੀ ਗਾਇਕੀ ਦਾ, ਪਰ ਉਹਨਾਂ ਦੀ ਔਲਾਦ ਹੈ, ਉਹਨਾਂ ਦਾ ਖੂਨ ਆ, ਉਹਨਾਂ ਕੋਲੋਂ ਸਿੱਖਿਆ ਇਹਨਾਂ ਨੇ, ਜੋ ਵੀ ਤਿਲ ਫੁੱਲ ਉਹ ਇਹਨਾਂ ਨੂੰ ਸਿਖਾ ਕੇ ਗਏ ਨੇ, ਉਹ ਤੁਹਾਡੇ ਸਾਹਮਣੇ ਇਹ ਲੈ ਕੇ ਆਉਣਗੇ ਬਹੁਤ ਜਲਦੀ। ਜਿਸ ਤਰ੍ਹਾਂ ਤੁਸੀਂ ਸਰਦੂਲ ਜੀ ਨੂੰ ਬਹੁਤ ਮੁਹੱਬਤ ਦਿੱਤੀ ਆ, ਪਿਆਰ ਦਿੱਤਾ ਹੈ, ਇੰਨਾ ਰੁਤਬਾ ਤੁਸੀਂ ਚੱਕਿਆ ਉੱਤੇ ਉਹਨਾਂ ਦਾ, ਮੈਨੂੰ ਆਸ ਉਮੀਦ ਆ ਤੁਹਾਡੇ ਸਾਰਿਆਂ ਦੇ ਉੱਤੇ, ਜਿੰਨੇ ਵੀ ਉਹਨਾਂ ਦੇ ਫੈਨਸ ਨੇ ਦੁਨੀਆਂ 'ਚ ਬੈਠੇ ਸਾਰੇ,
ਵੀ ਤੁਸੀਂ ਇਹਨਾਂ ਦੇ ਉੱਤੇ ਵੀ ਆਸ਼ੀਰਵਾਦ ਦਿਓਗੇ, ਇਹਨਾਂ ਨੂੰ ਵੀ ਇਹਨਾਂ ਦਾ ਸਿਰ 'ਤੇ ਹੱਥ ਰੱਖੋਗੇ, ਔਰ ਜਿਵੇਂ ਵੀ ਤੁਸੀਂ ਸਰਦੂਲ ਜੀ ਨੂੰ ਮੁਹੱਬਤ ਦਿੱਤੀ ਆ, ਸਰਦੂਲ ਜੀ ਦੇ ਬੱਚੇ ਨੂੰ ਵੀ ਉਦੀ ਤੁਸੀਂ ਮੁਹੱਬਤ ਦਿਓਗੇ। ਬਸ ਮੈਂ ਇਹੀ ਕਹਾਂਗੀ, ਜਿਹੜੇ ਲੋਕ ਸਾਡੇ ਦੁੱਖ 'ਚ ਸ਼ਰੀਕ ਹੋਏ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ। ਅਤੇ ਬਸ ਮੈਂ ਇਹੀ ਕਹਾਂਗੀ ਕਿ ਤੁਸੀਂ ਸਾਡੇ ਸਿਰ 'ਤੇ ਹੱਥਾਂ ਦੀ ਮੁਹੱਬਤ ਦੀ ਛਾਂ ਕੀਤੀ ਆ। ਮੈਂ ਇਹ ਕਰਜ਼ਾ ਕਦੇ ਜ਼ਿੰਦਗੀ 'ਚ ਕਦੇ ਉਤਾਰ ਨਹੀਂ ਸਕਦੀ, ਕਿਸੇ ਵੀ ਜਨਮ 'ਚ ਨਹੀਂ ਤੁਹਾਡਾ ਮੈਂ ਕਰਜ਼ਾ ਉਤਾਰ ਸਕਦੀ, ਜਿੰਨੀ ਤੁਸੀਂ ਸਾਨੂੰ ਮੁਹੱਬਤ ਦਿੱਤੀ, ਤੁਸੀਂ ਇੰਨੀਆਂ ਦੁਆਵਾਂ ਕੀਤੀਆਂ, ਹੋਣ ਵਾਸਤੇ ਅਰਦਾਸਾਂ ਕੀਤੀਆਂ, ਤੁਸੀਂ ਪਾਠ ਕੀਤੇ ਆ। ਮੇਰਾ ਖਿਆਲ ਨਹੀਂ ਸੀ ਪੈ ਰਿਹਾ ਕਿਉਂਕਿ ਸਾਡੀਆਂ ਸਾਰੀਆਂ ਰਸਮਾਂ ਜਿਹੜੀਆਂ ਨੇ, ਸਵਾ ਮਹੀਨਾ ਪੂਰਾ ਹੋ ਚੁੱਕਿਆ, ਸਵਾ ਮਹੀਨੇ ਦੇ ਵਿੱਚ ਸਾਰੀਆਂ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹ ਸਾਰੀਆਂ ਕੰਪਲੀਟ ਹੋ ਗਈਆਂ ਨੇ। ਕੱਲ੍ਹ ਹੀ ਸਾਰੀਆਂ ਰਸਮਾਂ ਪੂਰੀਆਂ ਹੋਈਆਂ ਨੇ ਸਵਾ ਮਹੀਨੇ ਦੀਆਂ, ਅਤੇ ਇਸ ਕਰਕੇ ਫਿਰ ਅੱਜ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਮੈਂ ਆਈ ਹਾਂ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਲੋਕ ਉਹਨਾਂ ਨੇ ਨੌ ਤੇ ਪੈਰ ਕੱਟੇ, ਕੁਛ ਲੋਕ ਆਏ ਆ ਸਾਹਮਣੇ ਕੁਝ ਇਹੋ ਜਿਹੇ? ਹਾਂਜੀ ਸਾਹਮਣੇ ਆਏ ਨੇ, ਪਰ ਦੱਸਾਂਗੇ ਉਦੋਂ ਨਾਮ ਉਹਨਾਂ ਦੇ ਕਲੀਅਰ ਕਰੂੰਗੀ, ਜਦੋਂ ਜੇ ਉਹ ਨਾ ਹਟੇ ਫਿਰ ਉਹਨਾਂ ਦੇ ਨਾਮ ਵੀ ਦੱਸਾਂਗੇ, ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ, ਅਸੀਂ ਉਹਨਾਂ ਦੀ ਕਰਨੀ ਵੀ ਪੈਣੀ ਹੈ ਜੀ, ਕਰਨੀ ਵੀ ਪੈਣੀ ਹੈ। ਐਡੇ ਵੱਡੇ ਨਾਮ ਨੂੰ ਜਿਹੜਾ ਉਹਨਾਂ ਦੇ ਉਹ ਦੱਸਾਂਗੇ ਜਦੋਂ ਵੀ ਟਾਈਮ ਆਇਆ ਦੱਸਾਂਗੇ। ਅਤੇ ਬਸ ਉਹਨਾਂ ਲੋਕਾਂ ਤੱਕ ਮੈਂ ਇਹ ਗੱਲ ਕਹਿੰਦੀ ਹਾਂ ਜਿਹੜੇ ਸਾਡੇ ਸਾਨੂੰ ਮੁਹੱਬਤ ਕਰਦੇ ਨੇ, ਸਰਦੂਲ ਜੀ ਦੀ ਗਾਇਕੀ ਨੂੰ, ਸਰਦੂਲ ਜੀ ਨੂੰ ਮੁਹੱਬਤ ਕਰਦੇ ਨੇ, ਉਹਨਾਂ ਭੋਲੇ ਭਾਲੇ ਫੈਨਸ ਨੂੰ ਉਹ ਗੁੰਮਰਾਹ ਨਾ ਕਰਨ, ਕਿਉਂਕਿ ਸਰਦੂਲ ਜੀ ਸਾਡੇ ਲਈ ਬਹੁਤ ਕੁਝ ਛੱਡ ਕੇ ਗਏ ਨੇ, ਤੁਹਾਡੇ ਕੋਲੋਂ ਹੀ, ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਆਸ਼ੀਰਵਾਦ ਨਾਲ ਹੀ ਉਹਨਾਂ ਨੇ ਸਾਰਾ ਕੁਝ ਕਮਾਇਆ ਬਣਾਇਆ, ਤੁਸੀਂ ਉਹ ਦਿੱਤਾ ਸਾਰਾ ਕੁਝ ਉਹਨਾਂ ਦੀ ਗਾਇਕੀ ਰਾਹੀਂ, ਔਰ ਬਹੁਤ ਕੁਛ ਆ, ਠੀਕ ਆ, ਬਾਬਾ ਜੀ ਦੀ ਬਹੁਤ ਰਹਿਮਤ ਆ, ਬੱਚੇ ਕੰਮ ਕਰਨਗੇ, ਸਭ ਕੁਛ ਕਰਨਗੇ, ਠੀਕ ਆ ਸਾਰਾ ਕੁਛ, ਬਸ ਤੁਹਾਡੀਆਂ ਦੁਆਵਾਂ ਦੀ ਅਤੇ ਤੁਹਾਡੇ ਆਸ਼ੀਰਵਾਦ ਦੀ ਸਾਨੂੰ ਲੋੜ ਆ, ਬੱਚੇ ਮਿਹਨਤ ਕਰਕੇ ਸਭ ਕੁਛ ਕਰਨਗੇ। ਪਰ ਜਿਹੜੇ ਲੋਕ ਇੱਦਾਂ ਦਾ ਕੁਛ ਕਰ ਰਹੇ ਨੇ, ਅਗਰ ਨਾ ਹਟੇ ਤਾਂ ਸਾਨੂੰ ਕਾਨੂੰਨੀ ਕਾਰਵਾਈ ਫਿਰ ਅਸੀਂ ਕਰਨੀ ਪਏਗੀ, ਸਾਨੂੰ ਸਾਡੀ ਮਜਬੂਰੀ ਹੋ ਜਾਏਗੀ। ਤੁਸੀਂ ਵੈਸੇ ਕੋਈ ਉਹਦਾ ਕੋਈ ਰੇਡਨ 'ਚ ਕੋਈ ਦਿੱਤੇ ਕੋਈ ਇੱਥੇ ਪੁਲਿਸ ਪ੍ਰਸ਼ਾਸਨ ਜਾ ਕੇ? ਅਗਰ ਨਾ ਹਟੇ ਫਿਰ ਦੇਵਾਂਗੇ। ਇਹਨਾਂ ਲੋਕਾਂ ਨਾਲ ਤੁਹਾਡੀ ਗੱਲ ਹੋਈ ਹੈ ਜੀ? ਤੁਸੀਂ ਵਾਰਨ ਕਰ ਚੁੱਕੇ ਉਹਨਾਂ ਨੂੰ ਕੁਛ? ਨਹੀਂ, ਅਸੀਂ ਹੁਣ ਅਸੀਂ ਵਾਰ ਨਹੀਂ ਕੀਤੀ, ਪਹਿਲੇ ਕੱਲੇ ਨੂੰ ਕਿਉਂਕਿ ਮੇਰੀ ਸਥਿਤੀ ਵੀ ਠੀਕ ਨਹੀਂ ਸੀ, ਮੈਂ ਐਡੇ ਦੁੱਖ 'ਚ ਹਾਂ, ਮੈਂ ਐਡੇ ਗਮ ਦੇ ਵਿੱਚ ਹਾਂ, ਅਤੇ ਇਕੱਲੇ ਇਕੱਲੇ ਨੂੰ ਜਾ ਕੇ ਮੈਂ ਨਹੀਂ ਸੀ ਕਹਿ ਸਕਦੀ, ਇਸ ਤੁਹਾਡੇ ਮੀਡੀਆ ਰਾਹੀਂ ਮੈਂ ਉਹਨਾਂ ਨੂੰ ਕਹਿ ਰਹੀ ਹਾਂ ਕਿ ਪਲੀਜ਼ ਤੁਸੀਂ ਇੱਦਾਂ ਦੇ ਸਰਦੂਲ ਜੀ ਦਾ ਨਾਮ, ਉਹਨਾਂ ਦੀ ਮੁਹੱਬਤ ਨੂੰ ਇੱਦਾਂ ਉਹਨਾਂ ਨੂੰ ਬਦਨਾਮ ਕਰਕੇ ਇੱਦਾਂ ਪੈਸਾ ਨਾ ਕਮਾਓ, ਉਹਨਾਂ ਦੇ ਨਾਮ 'ਤੇ ਗੁੰਮਰਾਹ ਨਾ ਕਰੋ, ਉਹਨਾਂ ਦੇ ਭੋਲੇ ਭਾਲੇ ਫੈਨਸ ਨੂੰ ਉਹਨਾਂ ਦੇ ਨਾਮ 'ਤੇ ਜਿਹੜਾ ਪੈਸਾ ਇਕੱਠਾ ਕਰ ਰਹੇ ਹੋ ਨਾ ਕਰੋ, ਬੈਟਰ ਹੈ ਜੀ, ਕਿਉਂਕਿ ਜਿਹੜੇ ਲੋਕ ਇੱਦਾਂ ਦਾ ਕੋਈ ਐਕਟੀਵਿਟੀ ਕੀਤੀ ਆ, ਬਹੁਤ ਮਿਹਨਤ ਕਰਕੇ ਦਿਨ ਰਾਤ ਇੱਕ ਇੱਕ ਕਰਕੇ ਅਸੀਂ ਦੋਨਾਂ ਨੇ, ਮੈਂ ਵੀ ਸਰਦੂਲ ਜੀ ਨੇ ਵੀ ਬਹੁਤ ਮਿਹਨਤ ਕਰਕੇ ਸਾਰਾ ਕੁਛ ਜੋ ਵੀ ਬਣਾਇਆ ਸੀ ਆਪਣੀ ਜ਼ਿੰਦਗੀ ਦਾ ਗੁਜ਼ਾਰ ਵਾਸਤੇ, ਜੋ ਵੀ ਹੈ ਉਹ ਤੁਹਾਡੇ ਆਸ਼ੀਰਵਾਦ ਸਦਕੇ ਹੀ ਬਣਾਇਆ, ਅਤੇ ਤੁਹਾਡੀਆਂ ਹੀ, ਤੁਸੀਂ ਉਹ ਝੋਲੀਆਂ ਭਰੀਆਂ ਨੇ ਸਾਡੀਆਂ ਇਹ, ਅਤੇ ਸਾਨੂੰ ਤੁਹਾਡੇ ਪਿਆਰ ਦੀ ਜ਼ਰੂਰਤ ਆ ਨਾ, ਫਾਈਨੈਂਸ਼ੀਅਲ ਦੀ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਸਭ ਕੁਛ ਠੀਕ ਆ, ਮਾਲਕ ਦੀ ਅਸੀਂ ਮਿਹਨਤ ਕਰਾਂਗੇ ਦੋਵੇਂ ਜਣੇ, ਅਸੀਂ ਹੱਡ ਤੋੜ ਕੇ ਜੀ ਜਾਨ ਨਾਲ ਮਿਹਨਤ ਕਰਾਂਗੇ, ਅਸੀਂ ਆਪਣਾ ਖੂਨ ਪਸੀਨਾ ਇੱਕ ਕਰਾਂਗੇ, ਤੁਸੀਂ ਐਕਸੈਪਟ ਕਰ ਲਿਓ ਉਸ ਮਿਹਨਤ ਨੂੰ ਸਾਰੇ ਜਾਣੇ। ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਨੂੰ ਪਾਪਾ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਕਿਸੇ ਨੂੰ ਮਤਲਬ ਬਾਰ ਬਾਰ ਕਿਸੇ ਲਈ ਮੱਛੀ ਫੜ ਕੇ ਦੇਣ ਨਾਲ ਉਹਨੂੰ ਮੱਛੀ ਫੜਨੀ ਸਿਖਾ ਦਿਓ, ਬਾਰ ਬਾਰ ਕਿਸੇ ਨੂੰ ਚੋਗਾ ਪਾਉਣ ਨਾਲ ਉਹਨੂੰ ਆਪਣਾ ਆਪ ਇਕੱਠਾ ਕਰਨਾ ਸਿਖਾ ਦਿਓ। ਵੱਡੀ ਗੱਲ ਹੈ ਜੀ ਕਿ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਮਿਹਨਤ 100% 200% ਦੇਵਾਂਗੇ, ਉਹਨਾਂ ਵਰਗੇ ਤਾਂ ਇੰਪੋਸੀਬਲ ਆ ਬਣਨਾ, ਇਹ 100% ਤੁਹਾਨੂੰ ਵੀ ਪਤਾ ਜੀ। ਪਰ ਜੋ ਸਾਨੂੰ ਦੇ ਕੇ ਗਿਆ, ਜਿੰਨਾ ਗੁਰ ਦੇ ਕੇ ਗਿਆ, ਜੋ ਸਾਡੇ ਖੂਨ 'ਚ ਟੈਲੈਂਟ ਸਾਨੂੰ ਮਿਲਿਆ, ਜੋ ਉਹਨਾਂ ਦੀ ਬਲੈਸਿੰਗਸ ਨਾਲ, ਮੰਮਾ ਦੀ ਬਲੈਸਿੰਗ ਨਾਲ, ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਜੋ ਮਿਲਿਆ, ਉਹ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਜੀ ਤੁਹਾਡੇ ਅੱਗੇ, ਔਰ ਤੁਸੀਂ ਐਕਸੈਪਟ ਕਰਨਾ, ਔਰ ਤੁਸੀਂ ਸਾਰਿਆਂ ਨੇ ਆਸ਼ੀਰਵਾਦ ਦੇ ਕੇ ਸਾਡੇ ਕੰਮ ਤੋਰਨੇ, ਤਾਂ ਕਿ ਸਾਨੂੰ ਮੁੜ ਕੇ ਵੀ ਇੱਦਾਂ ਦੀ ਕੋਈ ਪ੍ਰੋਬਲਮ ਨਾ ਆਵੇ। ਅਖੀਰ ਦੇ ਵਿੱਚ ਜਿੰਨੇ ਵੀ ਕਲਾਕਾਰ ਵੀ ਨੇ, ਸਰੋਤੇ ਵੀ ਨੇ, ਉਹਨਾਂ ਦੇ ਦੋਸਤ ਵੀ ਨੇ, ਸਭ ਨੂੰ ਇਹੀ ਬੇਨਤੀ ਹੈ ਜੀ, ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਇੱਦਾਂ ਦਾ ਕੰਟੈਕਟ ਕਰਨ ਦੀ ਕੋਸ਼ਿਸ਼ ਕਰੇ, ਪਲੀਜ਼ ਸਾਨੂੰ ਜ਼ਰੂਰ ਦੱਸਿਓ, ਸਾਰੇ ਪਾਸੇ ਸਾਡੇ ਨੰਬਰ, ਸਾਡੇ ਸੋਸ਼ਲ ਮੀਡੀਆ ਸਭ ਕੁਝ ਹੈਗਾ, ਪਲੀਜ਼ ਇੱਕ ਵਾਰੀ ਸਾਡੇ ਨਾਲ ਗੱਲ ਜ਼ਰੂਰ ਕਰਿਓ, ਤਾਂ ਕਿ ਅਸੀਂ ਸੁਚੇਤ ਰਹੀਏ, ਕੋਈ ਕੱਲ੍ਹ ਨੂੰ ਕੋਈ ਸਾਡਾ ਨੁਕਸਾਨ ਨਾ ਕਰੇ। ਬੈਟਰ ਹੈ ਕਿ ਜਿਹੜੇ ਲੋਕ ਸਾਡੀ ਮਦਦ ਵਾਸਤੇ ਭੱਜੇ ਫਿਰਦੇ ਨੇ, ਤੁਸੀਂ ਵੀ ਸਾਡੇ ਵਾਸਤੇ ਭੱਜੇ ਫਿਰੇ ਹੋ, ਸਾਡੇ ਨਾਲ ਸਾਰੇ ਜਿੰਨੇ ਵੀ ਲੋਕਾਂ ਨੇ ਸਾਥ ਦਿੱਤਾ, ਚਾਹੇ ਉਹ ਕਿਸੇ ਰਸਮ ਪ੍ਰਤੀ ਸੀਗਾ, ਕਿਸੇ ਗੱਲ ਪ੍ਰਤੀ ਸੀਗਾ, ਬਿੱਟੂ ਚਾਚਾ ਜੀ ਭੱਜੇ ਫਿਰੇ, ਕਮਲ ਚਾਚਾ ਜੀ, ਜਿੰਨੇ ਹੋਰ ਸਾਡੇ ਜਿਹੜੇ ਆਪਣੇ ਨਾਲ ਲੱਗੇ ਰਹੇ ਆ, ਨਾਮ ਲੈਣ ਲੱਗੇ ਤਾਂ ਤੁਹਾਨੂੰ ਪਤਾ ਹੀ ਸਭ ਦਾ, ਸਾਰੇ ਸੰਜੀਵ ਤਾਓ ਜੀ, ਗੁਰੂ ਜੀ, ਸਾਰੇ ਬੰਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ, ਜਿਹੜੇ ਰਿਸ਼ਤੇਦਾਰਾਂ ਨੇ ਵੀ ਸਾਡਾ ਸਾਥ ਦਿੱਤਾ, ਦੋਸਤਾਂ ਨੇ ਵੀ ਸਾਥ ਦਿੱਤਾ, ਉਹਨਾਂ ਦਾ ਦੇਣ ਤਾਂ ਦੇ ਨਹੀਂ ਸਕਦੇ, ਸੋ ਅਸੀਂ ਉਹਨਾਂ ਨੂੰ ਆਲਰੇਡੀ ਬੇਨਤੀ ਕਰ ਚੁੱਕੇ ਹਾਂ, ਜੇ ਤੁਹਾਡੇ ਨਾਲ ਕੋਈ ਇੱਦਾਂ ਦੀ ਗੱਲ ਕਰਦਾ ਤੁਸੀਂ ਸਾਨੂੰ ਦੱਸੋ, ਐਂਡ ਉਹਨਾਂ ਨਾਲ ਗੱਲ ਕਰਨ ਤੋਂ ਸਿਵਾਏ ਵੱਡੀ ਗੱਲ ਇਹ ਸੀ ਕਿ ਜਿਹੜੇ ਲੋਕ ਇੱਦਾਂ ਦੀ ਹਰਕਤ ਕਰ ਰਹੇ ਆ ਉਹਨਾਂ ਨਾਲ ਪਰਸਨਲੀ ਗੱਲ ਕਰਨ ਤੋਂ ਸਿਵਾਏ, ਕਿਉਂਕਿ ਇਨਾਮ ਤਾਂ ਮੂਹਰੇ ਆ ਹੀ ਜਾਂਦਾ ਜੇ ਸੱਚ ਨਹੀਂ ਲੁਕਦਾ ਹੁੰਦਾ ਕਦੇ ਕਿਸੇ ਦਾ, ਪਰ ਵੱਡੀ ਗੱਲ ਇਹ ਹੈ ਕਿ ਅਸੀਂ ਉਹਨਾਂ ਨੂੰ ਬੇਨਤੀ ਕਰੀਏ ਜਿਨ੍ਹਾਂ ਕੋਲੋਂ ਉਹ ਚੀਜ਼ਾਂ ਇੱਦਾਂ ਦੀਆਂ ਮੰਗ ਰਹੇ ਨੇ, ਕਿਉਂਕਿ ਤੁਸੀਂ ਸਾਰੇ ਦੇਣ ਵਾਲੇ ਹੋ,
जिन्ने पापा नूं प्यार करन वाले चाहे कोई ऑडियंस दे विचों सी उन्हां दे चाहे उन्हां दे कोई रिलेशनशिप दे विचों सी चाहे कोई सी उन्हां नूं पता है भी किन्नी उन्हां ने किन्ना इज्जत कमाई किन्ना प्यार कमाया महल मुनारे इकट्ठे करके साडे लई छड्ड के चले गए सारा कुछ सो बस उन्हां दी इज्जत जिहड़ी है उहनूं मद्देनज़र रखदे होए इदां दी दुबारा कोई चीज़ ना करे साडी साडे वल्लों इह वार्निंग ला लो रिक्वेस्ट ला लो अगे तो कोई इदा की चीज़ करता फिर साढ़ा एक एक साढ़े लिए प्रेस्टीज इशू बनता सानू लीगल एक्शन लेना पै सकता हौली एक तरह जी तुम पता है रिवील करना हले इट्स टू अर्ली टू से एनीथिंग और इदा कि जिमें बहरले देशों तो भी सानू कुछ पता लग्या भी इदा तुहाडे नाम ते एक्टिविटीज़ हो रही ने सानू कई लोगों ने हेल्प भी की जिन्होंने सानू ये मतलब मैसेज दिता भी थोड़े तो आ कुछ हो रहा है सानू पता इदा की कोई गल नहीं है जेडे साडे परसनली साडे नाल जुड़े हैं बाकी तुसी आपे लुक आफ्टर करन वाले हो तुहाडा तुहाडा पूरी दुनिया दे विच ये जाना जी मीडिया इज़ द बिगेस्ट हैल्प फॉर एन आर्टिस्ट टू यू नो फॉर एनी बडी फॉर एनी सिटीजन टू यू नो हैव देयर वॉइस रीच आउट टू द पीपल लोगों तक थोड़ी साडी आवाज़ पहुँचाने वाले तुसी हो सो हौली हौली टाइम नाल जे तो असं तो बेनती करते हैं जी परमात्मा मेहर करे यह चीज़ा होनी बंद हो जाए इफ नॉट दैन जिम्मे ममन सरदूल जी सारे तो ये बहुत ज़्यादा नाजुक ने ते प्लस मैं ममा आलाप असी इस सरकमस्टांसिस ये रह के असी ना इन्ने स्टेबल नहीं है कि असी ये चीज़ों वाल ध्यान दईए कि सानू है ना कोई फाइनैशियल हैल्प की कोई लोड़ पवे या कोई दवे या कुछ इस तरह टचवुड महाराज दाता की बहुत कृपा थोड़े सारे तुम इन्ना प्यार दिता असी असी जो घरों तुरे हैं पापा नूं लैके असी उदों ही देख लिया सीगा ते ईवन तो जिहड़े भी जो भी चीज़ां ने जे जे फॉर एग्जाम्पल जे थानू कोई रीच करता है ते ओह सानू दसो क्योंकि ओह ना ओह चीज़ जे तुसी उहनां नूं बाई चांस दे भी दित्ती ओह ना ओह साडे तक कदे पहुँचूगी ना ओह पहुँचनी आ बिकॉज दे आर ट्राइंग टू डू समथिंग एल्स विद इट सो प्लीज़ तुसी अवेयर रहो असी थानू अवेयर करन लई इदां कह रहे हैं कि साडे को जो भी मैसेजिज आ रहे हैं या कि सानू कोई दस रहे हैं भी तो तुम गुमराह ना सारे होवो इस चीज़ तो चाहे वह साडा कोई रिश्तेदार है चाहे वह साडा कोई साख संबंधी बन के ढंडोरा पिट के इस दोस्ती मित्री का या रिश्तेदारी का पिट के ढंडोरा थानू कहना चाह रहे हैं कुछ सो आई होप तुसी उन्हां नू प्लीज़ उन्हां नू अपने तो दूर रखियो उन्हां नू चाहे सानू कॉन्टैक्ट कर लो सानू तिन्हां नू साडे सोशल मीडिया है इनफॉर्म करना जरूरी है साडे नाल जिहड़े साडे खास कमलजीत जी ते बिट्टू खन्ने वाला जी ये साडे खास ने ये साडे नाल डे वन तो खड़े ने पापा दे सज्जियां खब्बियां बाहां पापा इन्हां नू निकनेम दिंदे होंदे सी इन्हां नू कॉन्टैक्ट कर सकदे।